ਹਾਂਜੀ, ਜਿੰਨੇ ਵੀ ਸਤਿਕਾਰਯੋਗ ਮੇਰੇ ਭੈਣ ਭਰਾ ਇਸ ਲਾਈਵ ਵੀਡੀਓ ਨਾਲ ਜੁੜਨਗੇ ਜਾਂ ਹੁਣ ਇਸ ਟਾਈਮ 'ਤੇ ਲਾਈਵ ਦੇਖ ਰਹੇ ਨੇਗੇ, ਅਤੇ ਤੁਹਾਡੇ ਸਾਰਿਆਂ ਨਾਲ ਮੈਂ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਸੀਗੀਆਂ ਮੇਰੇ ਨੌਜਵਾਨ ਭਰਾਵੋ, ਮੇਰੇ ਵੀਰੋ। ਅਤੇ ਸਭ ਤੋਂ ਪਹਿਲੀ ਤਾਂ ਗੱਲ ਇਹੀ ਹੈ ਕਿ ਜੋ ਸਾਡਾ ਕਿਸਾਨੀ ਮੋਰਚਾ ਚੱਲ ਰਿਹਾ, ਮੋਰਚੇ ਦੇ ਵਿੱਚ ਜਾਨ ਪਾਉਣ ਦੇ ਲਈ ਅਤੇ ਨੌਜਵਾਨਾਂ ਦੇ ਵਿੱਚ ਜੋਸ਼ ਲਿਆਉਣ ਦੇ ਲਈ ਅਤੇ ਬਾਪੂਆਂ ਦੇ ਨਾਲ ਖੜ੍ਹਨਾ ਕਿਵੇਂ ਆ ਆਪਾਂ, ਉਹਦੇ ਸੰਬੰਧ ਦੇ ਵਿੱਚ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਮੇਰੇ ਨੌਜਵਾਨ ਵੀਰੋ। ਆਪਣਾ ਮੋਰਚਾ ਬੜਿਆ ਜ਼ੋਰਾਂ ਸ਼ੋਰਾਂ 'ਤੇ, ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੀਆਂ ਹਾਜ਼ਰੀਆਂ ਲਵਾਓ। ਅੱਜ ਸਾਡਾ ਸ਼ਹੀਦ ਸ਼ਿਵਕਰਨ ਸਿੰਘ ਜਿਹੜਾ, ਉਹਦਾ ਵੀ ਅੰਤਮ ਸੰਸਕਾਰ ਆ, ਉਹਦੇ ਵੀ ਅੰਤਮ ਸੰਸਕਾਰ 'ਤੇ ਚੱਲਿਆ ਪਿੰਡ ਵੱਲੋਂ, ਉੱਥੇ ਵੀ ਅੰਤਮ ਸੰਸਕਾਰ 'ਤੇ ਚੱਲੇ ਹਾਂ। ਇਸ ਕਰਕੇ ਵੀਰੇ ਵੀਰੋ ਅਤੇ ਜਿੰਨੇ ਵੀ ਤੁਸੀਂ ਮੇਰੇ ਭਰਾ ਹੋ, ਆਪਾਂ 2 ਤਰੀਕ ਨੂੰ ਇੱਕ ਵੱਡਾ ਮਾਰਚ ਕੱਢ ਰਹੇ ਹਾਂ। 2 ਤਰੀਕ ਨੂੰ ਆਪਾਂ ਗੁਰਦੁਆਰਾ ਸੋਹਾਣਾ ਸਾਹਿਬ ਤੋਂ ਅਤੇ ਜਿਹੜਾ ਆਪਣਾ ਸ਼ੰਭੂ ਬਾਰਡਰ ਤੱਕ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਾਂ ਕਿਵੇਂ ਜਾਬਤੇ ਦੇ ਵਿੱਚ ਰਹਿ ਕੇ, ਕਿਵੇਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਜਿਹੜੀ ਆਪਣੇ ਪੰਜਾਬ ਦੀ ਗੱਲ ਕਰਨੀ ਹੈ, ਆਪਣੇ ਬਾਪੂਆਂ ਦੇ ਨਾਲ ਖੜ੍ਹਨਾ। ਬੜੀਆਂ ਪੰਜਾਬ ਦੀਆਂ ਜਿਹੜੀਆਂ ਕਿ ਬੜੀ ਵੱਡੀ ਪੰਜਾਬ ਦੀ ਲੜਾਈ ਹੈ, ਪੰਜਾਬ ਦੀ ਲੜਾਈ ਪੰਜਾਬ ਦੇ ਨੌਜਵਾਨਾਂ ਨੂੰ ਮੂਹਰੇ ਹੋ ਕੇ ਲੜਨੀ ਪੈਣੀ ਆ। ਨੌਜਵਾਨਾਂ ਨੇ ਪਹਿਲਾਂ ਵੀ ਮੂਹਰੇ ਹੋ ਕੇ ਲੜਾਈਆਂ ਲੜੀਆਂ ਨੇਗੀਆਂ। ਇਸ ਕਰਕੇ ਮੇਰੇ ਵੀਰੋ, ਮੇਰੇ ਭਰਾਵੋ, 2 ਤਰੀਕ ਨੂੰ ਇਹ ਜਿਹੜਾ ਅੰਦੋਲਨ, ਜਿਹੜਾ ਮਾਰਚ ਆਏ ਬਾਈ ਸਿੱਧੂ ਨੂੰ ਸਮਰਪਿਤ ਹੈ, ਸਿੱਧੂ ਦੀ ਯਾਦ ਨੂੰ ਸਮਰਪਿਤ ਹੈ, ਕਿਉਂਕਿ ਸਿੱਧੂ ਬਾਈ ਨੇ ਪਹਿਲਾਂ ਜਿਹੜਾ ਕਿ ਅੰਦੋਲਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਬਹੁਤ ਵੱਡਾ ਹਿੱਸਾ ਪਾਇਆ ਬਾਈ ਨੇ। ਖਰੌਰੀ ਟਿੱਕਰੀ ਉੱਤੇ ਜਦੋਂ ਟਰਾਲੀ ਮੇ ਸਾਡੀ ਲੱਗੀ ਹੋਈ ਸੀਗੀ, ਉਹ ਟਰਾਲੀ ਦੇ ਵਿੱਚ ਜਿਹੜੀਆਂ ਕਿਵੇਂ ਬਾਈ ਨੇ ਰਾਤਾਂ ਕੱਟੀਆਂ ਅਤੇ ਕਿਵੇਂ ਉੱਥੇ ਜਾ ਕੇ ਮੇਰੇ ਨਾਲ ਰਹਿੰਦਾ ਰਿਹਾ, ਅਤੇ ਅੱਜ ਉਹ ਸਾਡਾ ਭਰਾ ਸਾਡੇ ਵਿੱਚ ਨਹੀਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੀ ਘਾਟ ਜਿਹੜੀ ਕਦੇ ਪੂਰੀ ਤਾਂ ਨਹੀਂ ਹੋ ਸਕਦੀ, ਪਰ ਸਾਡੀ ਤਾਂ ਕੋਸ਼ਿਸ਼ ਹੀ ਹੈ ਕਿ ਭਰਾ ਦੀ ਉਹ ਜਿਹੜੀ ਕਮੀ ਨੂੰ ਕਿਤੇ ਨਾ ਕਿਤੇ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਅਤੇ ਪਿੱਛੇ ਤੁਸੀਂ ਦੇਖਿਆ ਮਾਨਸਾ ਦੇ ਵਿੱਚ ਵੀ ਜਿਹੜੀ ਅਸੀਂ ਇੱਕ ਨੌਜਵਾਨਾਂ ਜੋਸ਼ ਭਰਨ ਦੇ ਲਈ ਇੱਕ ਵੱਡੀ ਰੈਲੀ ਕਰੀ ਸੀਗੀ, ਉਸ ਰੈਲੀ ਦਾ ਨਾਂ ਸੀਗਾ ਨੌਜਵਾਨ ਕਿਸਾਨ ਏਕਤਾ ਜਿੰਦਾਬਾਦ। ਨੌਜਵਾਨ ਏਕਤਾ ਜਿਹੜਾ ਉੱਥੇ ਨਾਅਰਾ ਦਿੱਤਾ ਸੀ ਵੀ ਨੌਜਵਾਨਾਂ ਨੂੰ ਇਕੱਠਾ ਕਿਵੇਂ ਕਰਨਾ, ਨੌਜਵਾਨਾਂ ਦੇ ਜੋਸ਼ ਕਿਵੇਂ ਭਰਨਾ। ਅਤੇ ਹੁਣ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਮੇਰੇ ਨੌਜਵਾਨਾਂ ਨੂੰ, ਅਤੇ ਜਿੰਨੇ ਵੀ ਤੁਸੀਂ ਮੇਰੇ ਭਰਾ ਹੋ, ਤੁਸੀਂ ਜਿਹੜਾ ਉਹ ਸਾਡਾ ਮਾਰਚ ਦੇ ਵਿੱਚ ਸ਼ਾਮਲ ਹੋਇਓ 2 ਮਾਰਚ ਨੂੰ। ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ, ਬਸ ਇੰਨਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਸੀਗੀਆਂ। ਅਤੇ ਸੋਹਾਣਾ ਸਾਹਿਬ ਜਾਬਤੇ ਦੇ ਵਿੱਚ ਰਹਿਣਾ, ਅਨੁਸ਼ਾਸਨ ਦੇ ਵਿੱਚ ਰਹਿਣਾ, ਅਤੇ ਇਹੀ ਤੁਹਾਡੇ ਅੱਗੇ ਬੇਨਤੀ ਹੈ ਜਾਬਤੇ ਦੇ ਵਿੱਚ ਰਹਿ ਕੇ, ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਕਿਵੇਂ ਜਿਹੜਾ ਅੰਦੋਲਨ ਨੂੰ ਜਿੱਤਣਾ, ਇੰਨਾ ਕੁ ਤੁਹਾਡੇ ਬੇਨਤੀ ਕਰਨੀ। ਗੁਰਦੁਆਰਾ ਸੋਹਾਣਾ ਸਾਹਿਬ ਦੇ ਕੋਲ ਆਪਾਂ ਇਕੱਠੇ ਹੋਣਾ, ਖਾਸ ਕਰਕੇ ਮੇਰੀ ਬੇਨਤੀ ਕਲਾਕਾਰ ਭਰਾਵਾਂ ਨੂੰ ਆ, ਜਿੰਨੇ ਵੀ ਤੁਸੀਂ ਮੇਰੇ ਕਲਾਕਾਰ ਭਰਾ ਹੋ। ਦੇਖੋ, ਕੋਈ ਕਈ ਵਾਰੀ ਨੌਜਵਾਨਾਂ ਨੂੰ ਸਰਕਾਰ ਜਾਂ ਪ੍ਰਸ਼ਾਸਨ ਮਾੜੀਆਂ ਮਾੜੀਆਂ ਗੱਲਾਂ ਕਰਦੀ ਆ, ਕੋਈ ਐਸੀਆਂ ਕਿ ਉਹ ਗੱਲ ਤੋਂ ਜੇ ਤੁਹਾਨੂੰ ਕੋਈ ਪ੍ਰਸ਼ਾਸਨ ਜਾਂ ਸਰਕਾਰ ਤੁਹਾਨੂੰ ਗੱਲ ਕਹੂ ਤਾਂ ਜ਼ਿੰਮੇਵਾਰ ਅਸੀਂ ਬੈਠੇ ਹਾਂ, ਅਸੀਂ ਤੁਹਾਡੇ ਮੂਹਰੇ ਹੋ ਕੇ ਪਰਚੇ ਪਵਾਵਾਂਗੇ, ਤੁਹਾਨੂੰ ਕੋਈ ਨਹੀਂ ਕੁਛ ਕਰ ਸਕਦਾ। ਕਲਾਕਾਰ ਐਵੇਂ ਮਾੜੀਆਂ ਮਾੜੀਆਂ ਗੱਲਾਂ 'ਤੇ ਘਬਰਾ ਜਾਂਦੇ ਨੇ, ਗੱਲਾਂ ਘਬਰਾਉਣ ਵਾਲੀਆਂ ਕੀ ਨੇ ਬਾਈ? ਐਡੀਆਂ ਹੀ ਗੱਲਾਂ ਨੇਗੀਆਂ, ਐਡਾ ਕਿਸੇ 'ਤੇ ਕੋਈ ਠੀਕ ਆ, ਐਨਐਸ ਨਹੀਂ ਲੱਗਣ ਲੱਗਿਆ, ਕਿਸੇ ਨੂੰ ਕੋਈ ਫਾਂਸੀ ਨਹੀਂ ਹੋਣ ਲੱਗੀ, ਕਿਸੇ ਨੂੰ ਕੁਛ ਨਹੀਂ ਹੋਣ ਲੱਗਦਾ, ਇਹ ਤਾਂ ਗੱਲ ਸਿਰਫ ਇੱਕ ਹਾਂ ਦਾ ਨਾਰਾ ਹੀ ਆ। ਤੁਸੀਂ ਐਵੇਂ ਘਬਰਾ ਜਾਂਦੇ ਮਾੜੀਆਂ ਮਾੜੀਆਂ ਗੱਲਾਂ ਤੋਂ, ਐਡਾ ਕੋਈ ਕੱਖ ਨਹੀਂ ਹੋਣ ਲੱਗਿਆ, ਸਾਡੇ 'ਤੇ ਪਰਚੀ ਪੈ ਗਈ, ਜੇਲ੍ਹਾਂ ਵੀ ਕੱਟ ਲਈਆਂ ਸਾਨੂੰ, ਅਸੀਂ ਸਿੱਧਾ ਅਟੈਕ ਕਰਦੇ ਹਾਂ ਸਰਕਾਰਾਂ ਦੇ, ਸਿੱਧਾ ਅਟੈਕ ਕਰਦੇ, ਅਸੀਂ ਨਾਮ ਲੈ ਕੇ ਬੋਲਦੇ ਹਾਂ। ਪਰ ਤੁਸੀਂ ਮਾੜੀ ਜਿਹੀ ਗੱਲ ਤੋਂ ਘਬਰਾ ਜਾਂਦੇ ਹੋ ਯਾਰ, ਘਬਰਾਉਣ ਵਾਲੀ ਕੋਈ ਵੱਡੀ ਗੱਲ ਨਹੀਂ। ਸਾਰੇ ਜਣੇ ਆਇਓ, ਕਲਾਕਾਰ ਜਿੰਨੇ ਵੀ ਆਉਣਾ ਚਾਹੁੰਦੇ ਬਹਾਨਾ ਜਣਾ ਬਣਾਇਆ ਕਰੋ, ਸਾਨੂੰ ਆਹ ਹੋਜੂ, ਸਾਨੂੰ ਵਾਹ ਹੋਜੂ, ਸਾਨੂੰ ਵਾਹ ਹੋਜੂ, ਇਸ ਤੋਂ ਬਾਅਦ ਨਹੀਂ ਮੈਂ ਸਿੱਧਾ ਮੈਂ ਕਲਾਕਾਰਾਂ ਨੂੰ ਸਿੱਧਾ ਅੱਖੀ ਲਊਂਗਾ, ਫਿਰ ਨੱਕ ਵੀ ਐਵੇਂ ਕਹਿੰਦੇ। ਗੱਲ ਪੰਜਾਬ ਦੀ ਆ, ਪੰਜਾਬ ਦੇ ਲੋਕਾਂ ਦੇ ਵੱਡੇ ਹੋਏ ਆ, ਪੰਜਾਬ ਦੇ ਲੋਕਾਂ ਨੇ ਤੁਹਾਨੂੰ ਐਡਾ ਵੱਡਾ ਤੁਹਾਨੂੰ ਰੁਤਬਾ ਦਿੱਤਾ ਅਤੇ ਐਡਾ ਵੱਡਾ ਤੁਹਾਨੂੰ ਨਾਮ ਦਿੱਤਾ, ਠੀਕ ਆ ਨਾ ਗੱਲ? ਪੈਸਾ ਲੋਕਾਂ ਨੇ ਸਿਰ ਤੋਂ ਕਮਾ ਰਹੇ ਹੋ, ਇਸ ਕਰਕੇ ਤਾਂ ਹੱਕ ਬਣਦਾ ਜਿੱਥੇ ਵੀ ਗੱਲ ਪੰਜਾਬ ਦੀ ਆ ਤਾਂ ਹਿੱਕ ਠੋਕ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ। ਅਤੇ ਇਸ ਕਰਕੇ ਐਵੇਂ ਨਾ ਮਾੜੀਆਂ ਮਾੜੀਆਂ ਗੱਲਾਂ 'ਤੇ ਘਬਰਾਇਆ ਕਰੋ। ਜੇ ਕੋਈ ਇਹੋ ਜਿਹੀ ਗੱਲ ਹੈਗੀ ਵੀ ਹੈ ਤਾਂ ਸਾਨੂੰ ਆ ਕੇ ਦੱਸੋ, ਸਰਕਾਰ ਨਾਲ ਤੁਹਾਨੂੰ ਸਰਕਾਰ ਗੱਲ ਕਹਿੰਦੀ ਹੈ, ਤੁਸੀਂ ਉਹ ਅੰਦੋਲਨ 'ਚ ਨਹੀਂ ਜਾਣਾ, ਉਹ ਮੋਰਚੇ 'ਚ ਨਹੀਂ ਜਾਣਾ, ਸਾਨੂੰ ਦੱਸਿਓ, ਮੈਂ ਗੱਲ ਕਰੂੰਗਾ। ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਤੁਹਾਨੂੰ ਸਰਕਾਰ ਰੋਕਦੀ ਆ ਮੋਰਚੇ 'ਚ ਜਾਣ ਤੋਂ, ਮੈਂ ਬੈਠਾ, ਮੈਨੂੰ ਦੱਸੋ ਵੀ ਆ ਸਾਨੂੰ ਮੋਰਚੇ 'ਚ ਇੱਥੇ ਸਰਕਾਰ ਨਹੀਂ ਸ਼ਾਮਲ ਹੋਣੀ, ਮੈਂ ਆਪ ਹੀ ਗੱਲ ਕਰੂੰਗਾ। ਇਸ ਕਰਕੇ ਐਵੇਂ ਗੱਲਾਂ ਬਣਾਉਣੀਆਂ ਜਾਂ ਐਵੇਂ ਭੈਣ ਜੋ ਸੜੇ ਜਾਂ ਲੀਡਰਾਂ ਦਾ ਐਵੇਂ ਗੁੱਟ ਪਤਲੀ ਬਣਿਆ ਰਹਿਣਾ, ਜਿਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਕੇ ਸਰਕਾਰੀ ਗੱਲਾਂ ਕਰਨੀਆਂ ਬੰਦ ਕਰੋ, ਜੇ ਗੱਲ ਕਰਨੀ ਤਾਂ ਪੰਜਾਬ ਦੀ ਗੱਲ ਕਰੋ, ਠੀਕ ਆ ਨਾ ਗੱਲ? ਇਹ ਸਾਰਿਆਂ ਨੂੰ ਬੇਨਤੀ ਆ, ਆ ਜੋ ਕਰਾਂ ਡਟ ਕੇ ਆਪਾਂ 2 ਮਾਰਚ ਨੂੰ ਵੱਡਾ ਇੱਕ ਜਿਹੜਾ ਮੇਲਾ ਦਾ ਆਪਾਂ ਉਹ ਕਰਾਂਗੇ, ਆਪਾਂ ਪ੍ਰਦਰਸ਼ਨ ਕਰਾਂਗੇ। ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਹੁੰਮ ਹੁਮਾ ਕੇ ਪਹੁੰਚੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਾਲ ਜੀ ਨਿਕਲ ਗਈ ਹੋਣਾ ਮਾੜੀ ਜਿਹੀ। ਸੀਸੀਟੀਵੀ ਰਾਹੀਂ ਹਮਲਾ ਕਰਨ ਵਾਲਿਆਂ ਦੀ ਕੀਤੀ ਜਾ ਰਹੀ ਪਛਾਣ।
ਪੰਜਾਬ ਪੁਲਿਸ ਨੇ ਜਾਰੀ ਕੀਤੀਆਂ ਹਮਲਾਵਰਾਂ ਦੀਆਂ ਤਸਵੀਰਾਂ। ਤੇ ਐਂਡ ਹੋ ਗਿਆ।